ਇਹ ਅਧਿਆਤਮਿਕ ਸੈਗਮੈਂਟ AMC ਇੰਸ਼ੋਰੈਂਸ ਵੱਲੋਂ ਸਪਾਂਸਰ ਕੀਤਾ ਗਿਆ ਹੈ। 6045076666। ਦਾ ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਧਾਰਮਿਕ ਐਪੀਸੋਡ ਵਿੱਚ ਆਪ ਸਭ ਦਾ ਕਰਦਾ ਹਾਂ ਹਾਰਦਿਕ ਸਵਾਗਤ। ਗੁਰਗਿਆਨ ਸਮੁੰਦਰ ਸੀਰੀਜ਼ ਜਿਹੜੀ ਕਿ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਹੈ, ਉਸ ਵਿੱਚ ਭਾਈ ਰਾਮ ਸਿੰਘ ਜੀ ਇੱਥੇ ਆ ਕੇ ਤੁਹਾਡੇ ਨਾਲ ਸਾਂਝ ਪਾ ਰਹੇ ਨੇ ਕਿ ਗੁਰੂ ਦੀ ਸੋਚ ਨੂੰ ਕਿਵੇਂ ਅਸੀਂ ਅਪਣਾਉਣਾ ਹੈ। ਪਿਛਲੇ ਹਫ਼ਤੇ ਜੋ ਗੱਲਬਾਤ ਚੱਲ ਰਹੀ ਸੀ, 16ਵੇਂ ਪਦੇ ਤੱਕ ਅਸੀਂ ਪਹੁੰਚੇ ਹਾਂ ਜਿਸ ਵਿੱਚ ਕਿ ਇੱਕ ਆਈਡਲ ਮਨੁੱਖ ਦੀ ਕਿਸ ਤਰੀਕੇ ਨਾਲ ਅਸੀਂ ਉਸਨੂੰ ਪ੍ਰੇਰਣਾ ਸਰੋਤ ਬਣਨਾ ਹੈ ਆਪਣੇ ਬੱਚਿਆਂ ਵਾਸਤੇ, ਸਮਾਜ ਵਾਸਤੇ, ਇਸ ਬਾਰੇ ਭਾਈ ਸਾਹਿਬ ਨੇ ਜ਼ਿਕਰ ਕੀਤਾ ਸੀ। ਸੋ ਇਸ ਸਫ਼ਰ ਵਿੱਚ ਮੁੜ ਤੋਂ ਜੁੜਦੇ ਹਾਂ ਅਤੇ ਗੱਲਬਾਤ ਕਰਦੇ ਹਾਂ ਕਿ ਕਿਸ ਤਰੀਕੇ ਨਾਲ ਗੁਰੂ ਸਾਹਿਬ ਸਾਨੂੰ ਬਾਣੀ 'ਚ ਉਪਦੇਸ਼ ਕਰ ਰਹੇ ਨੇ ਕਿ ਅਸੀਂ ਆਈਡਲ ਮਨੁੱਖ ਕਿਉਂ ਬਣਨਾ ਹੈ ਅਤੇ ਕਿਵੇਂ ਬਣਨਾ ਹੈ। ਅੱਜ ਸਮਾਜ ਦੇ ਵਿੱਚ ਬਹੁਤ ਸਾਰੇ ਚੈਲੇਂਜਸ ਹੈਗੇ ਨੇ, ਪਰ ਉਸ ਪਿੱਛੇ ਕਿਸ ਤਰ੍ਹਾਂ ਅਸੀਂ ਇਸਨੂੰ ਖਤਮ ਕਰਨਾ ਹੈ, ਇਹ ਸਾਨੂੰ ਆਪ ਹੀ ਕਰਨਾ ਪਏਗਾ। ਅਤੇ ਸਹਾਰਾ ਹੈ ਸਾਡੇ ਕੋਲ ਸਾਡੇ ਗੁਰੂ ਗ੍ਰੰਥ ਸਾਹਿਬ ਜੀ, ਜਿੱਥੋਂ ਕਿ ਅਸੀਂ ਸਾਡੀ ਆਸਥਾ ਹੈ ਉਸ ਦੇ ਵਿੱਚ, ਅਤੇ ਉਸ ਤੋਂ ਹੀ ਅਸੀਂ ਸਹਾਰਾ ਲੈ ਕੇ ਅੱਗੇ ਕੋਈ ਨਾ ਕੋਈ ਸਲਿਊਸ਼ਨ ਲੱਭਣਾ ਹੈ। ਸੋ ਉਸ ਸਫ਼ਰ ਵਿੱਚ ਮੁੜ ਤੋਂ ਜੁੜਦੇ ਹਾਂ ਅਤੇ ਸਵਾਗਤ ਕਰਦੇ ਹਾਂ ਭਾਈ ਰਾਮ ਸਿੰਘ ਜੀ ਦਾ। ਭਾਈ ਸਾਹਿਬ ਜੈ ਹਿੰਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਪਿਛਲੀ ਵਾਰ ਜੋ ਗੱਲ ਕਰ ਰਹੀ ਸੀ, ਅਸੀਂ 16ਵੇਂ ਪਦੇ ਵਿੱਚ ਗੁਰੂ ਸਾਹਿਬ ਜੋ ਕਹਿ ਰਹੇ ਨੇ ਇੱਕ ਆਈਡਲ ਮਨੁੱਖ ਦੀ ਜੋ ਉਹਨਾਂ ਨੇ ਪੇਸ਼ਕਸ਼ ਕੀਤੀ ਹੈਗੀ ਹੈ, ਉਸ ਵਿੱਚੋਂ ਅਸੀਂ ਕੁਝ ਸਿੱਖ ਸਕਦੇ ਹਾਂ। ਭਾਈ ਸਾਹਿਬ, ਤੁਸੀਂ ਰਜਾਈਨਾ ਵਿੱਚ ਅੱਜ ਕੱਲ੍ਹ ਬਹੁਤ ਸਾਰੇ ਕੈਂਪਸ ਲਾ ਰਹੇ ਹੈਗੇ ਹੋ, ਗੱਲ ਹੈਗੀ ਹੈ, ਤੁਸੀਂ ਵੀ ਦੇਖਿਆ ਹੈਗਾ ਕਿ ਹਰ ਦੇ ਵਿੱਚ ਨਾ ਮਾਂ ਬਾਪ ਦੇ ਵਿੱਚ ਇੱਕ ਚੇਤਨਾ ਹੈਗੀ ਹੈ ਅਤੇ ਅੰਦਰ ਇੱਕ ਯਰਨਿੰਗ ਹੈਗੀ ਹੈ ਕਿ ਮੈਂ ਆਪਣੇ ਬੱਚੇ ਨੂੰ ਸਹੀ ਰਸਤੇ 'ਤੇ ਕੁਰਬਾਨੀ ਨਾਲ ਜੋੜ ਸਕਾਂ। ਸੋ ਜਦੋਂ ਆਈਡਲ ਮਨੁੱਖ ਦੀ ਗੱਲ ਕਰਦੇ ਹੈਗੇ ਹਾਂ, ਉਸ ਪ੍ਰਤੀ ਆ ਸਾਨੂੰ ਵਿਸਥਾਰ ਵਿੱਚ ਦੱਸੋ ਕਿ ਕਿਸ ਤਰੀਕੇ ਨਾਲ ਅਸੀਂ ਛੋਟੇ ਛੋਟੇ ਸਟੈਪਸ ਲੈ ਕੇ ਅਸੀਂ ਉਸ ਗੁਰੂ ਦੀ ਸੋਚ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਸਕੀਏ। ਹਾਂਜੀ, ਸ਼ੁਕਰ ਵੀਰ ਜੀ, ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਤੁਹਾਡਾ ਧੰਨਵਾਦ ਜੀ, ਆਇਆਂ ਨੂੰ ਮੈਨੇਜਮੈਂਟ ਦਾ ਧੰਨਵਾਦ ਅਤੇ ਸਾਡੇ ਦਰਸ਼ਕਾਂ ਦਾ ਧੰਨਵਾਦ। ਆਪਾਂ 16ਵੇਂ ਪਦੇ ਦੀ ਵਿਚਾਰ ਕਰ ਰਹੇ ਸੀ, ਇਸ ਵਿੱਚ ਇੱਕ ਸ਼ਬਦ ਆਇਆ ਸੀ ਪੰਚ। ਗੁਰਬਾਣੀ ਅੰਦਰ ਮਨੁੱਖ ਨੂੰ ਇੱਕ ਚੰਗਾ ਇਨਸਾਨ, ਉਹਦੀ ਜੇ ਆਪਾਂ ਗੁਰਬਾਣੀ 'ਚੋਂ ਡੈਫੀਨੇਸ਼ਨ ਦੇਖੀਏ, ਜਿਹੜਾ ਰੱਬ ਦੇ ਪਿਆਰ ਵਿੱਚ ਭਿੱਜ ਕੇ ਉਹਦੇ ਭੈ ਦੇ ਵਿੱਚ ਜਿਉਂ ਕੇ ਜੀ ਸਮਾਜ ਦੇ ਲਈ ਕੁਛ ਕਰੇ, ਕੌਮ ਦੇ ਲਈ ਕੁਛ ਕਰੇ, ਅਤੇ ਉਹ ਪਿਆਰ ਭਾਵਨਾ ਵਾਲਾ ਇੱਕ ਜੀਵਨ ਵੀ ਜਿਉਵੇ ਅਤੇ ਇੱਕ ਸਮਾਜ ਵੀ ਸਿਰਜੇ। ਉਸ ਨੂੰ ਵੱਖ ਵੱਖ ਨਾਮ ਦਿੱਤੇ ਗਏ, ਕਿੱਧਰੇ ਉਸਨੂੰ ਗੁਰਸਿੱਖੜਾ ਕਿਹਾ, ਕਿੱਧਰੇ ਸੰਤ ਕਿਹਾ, ਕਿੱਧਰੇ ਭਗਤ ਵੀ ਕਿਹਾ, ਇੱਥੇ ਪੰਚ ਕਿਹਾ। ਇੱਕ ਸ਼ਬਦ ਹੈ ਬੜਾ ਪਿਆਰਾ ਗੁਰਬਾਣੀ ਦਾ, ਉਹ ਹੈ ਗੁਰਮੁਖ। ਗੁਰਮੁਖ ਸ਼ਬਦ ਇੱਕ ਐਸਾ ਕਮਾਲ ਦਾ ਸ਼ਬਦ ਹੈ, ਤੁਸੀਂ ਚੰਗਾ ਮਨੁੱਖ ਕਿਹੋ ਜਿਹਾ ਹੋਣਾ ਚਾਹੀਦਾ, ਇੱਕ ਚੰਗਾ ਬੱਚਾ ਕਿਹੋ ਜਿਹਾ ਹੋਣਾ ਚਾਹੀਦਾ, ਇੱਕ ਚੰਗਾ ਨੌਜਵਾਨ ਕਿਹੋ ਜਿਹਾ ਹੋਣਾ ਚਾਹੀਦਾ, ਜਿੰਨੀਆਂ ਮਰਜ਼ੀ ਡੈਫੀਨੇਸ਼ਨ ਜਿਹੜੀਆਂ ਅਸੀਂ ਚੈੱਕਆਊਟ ਕਰ ਲਈਏ ਅਤੇ ਉਹਨੂੰ ਸਾਰੇ ਨੂੰ ਬਾਅਦ 'ਚ ਲਿਖੀਏ ਗੁਰਮੁਖ। ਗੁਰਮੁਖ ਸ਼ਬਦ ਇੱਕ ਐਸਾ ਦਿੱਤਾ, ਇਹਦੇ 'ਚ ਸੀਗਾ ਕਿ ਪੰਚ ਪ੍ਰਵਾਨ ਉਹ ਰੱਬ ਦੀਆਂ ਨਜ਼ਰਾਂ ਵਿੱਚ, ਕੁਦਰਤ ਦੇ ਨਿਜ਼ਮ ਦੇ ਵਿੱਚ, ਸੋਸਾਇਟੀ ਦੇ ਵਿੱਚ ਐਕਸੈਪਟ ਹੋ ਜਾਂਦਾ। ਰਾਈਟ, ਫਿਰ ਉਹ ਪ੍ਰਧਾਨ ਆਈਡੀਅਲ ਆਈਕੋਨ ਬਣ ਜਾਂਦਾ ਦੂਸਰਿਆਂ ਲਈ। ਉਹ ਜੋ ਪੰਚ ਹੈ ਜਾਂ ਸ਼੍ਰੋਮਣੀ ਗੁਰਸਿੱਖ ਹੈ, ਉਹ ਬਣਨ ਵਾਸਤੇ ਅਗਲੇ ਜਿਹੜੇ ਇਸ ਪਦੇ ਦਾ ਹਿੱਸਾ ਹੈ ਉਹਦੇ 'ਚ ਇੱਕ ਚੀਜ਼ ਕਮਾਲ ਦੀ ਆ ਰਹੀ, ਵੈਸੇ ਅਗਲੀਆਂ ਸਾਰੀਆਂ ਪੌੜੀਆਂ 'ਚ 3 ਪੌੜੀਆਂ ਹੋਰ ਨੇ ਜੀ। ਸਾਰਾ ਕੁਛ ਨਿਰਭਰ ਕਰਦਾ ਵੀਰ ਜੀ ਸੋਚ ਦੇ ਉੱਪਰ, ਅਗਰ ਸੋਚ ਛੋਟੀ ਹੈ ਤਾਂ ਸਾਰਾ ਕੁਛ ਗੜਬੜ ਹੈ, ਠੀਕ, ਅਗਰ ਸੋਚ ਵੱਡੀ ਹੋ ਗਈ ਤਾਂ ਸਾਰੀਆਂ ਪ੍ਰਾਪਤੀਆਂ ਨੇ। ਅੱਜ ਮਨੁੱਖ ਦੇ ਕੋਲ ਪੈਸੇ ਪੱਖੋਂ ਕੋਈ ਘੱਟ ਨਹੀਂ, ਪ੍ਰੋਪਰਟੀ ਪੱਖੋਂ ਕੋਈ ਘੱਟ ਨਹੀਂ, ਲਗਜ਼ਰੀ ਫੈਸਿਲਿਟੀ ਸਭ ਕੁਛ ਹੈ, ਜੇ ਕਿਧਰੇ ਨਾ ਕਿਧਰੇ ਘਾਟ ਦਿਸ ਰਹੀ ਹੈ ਉਹ ਦਿਸ ਰਹੀ ਹੈ ਛੋਟੀ ਸੋਚ ਦੀ, ਠੀਕ। ਹੁਣ ਆਈਡੀਅਲ ਚਾਹੇ ਅਸੀਂ ਬਣਨਾ ਹੈ, ਚਾਹੇ ਅਸੀਂ ਆਪਣੇ ਬੱਚਿਆਂ ਨੂੰ ਬਣਾਉਣਾ ਹੈ, ਚਾਹੇ ਅਸੀਂ ਦੂਸਰਿਆਂ ਤੋਂ ਉਮੀਦ ਕਰਦੇ ਹਾਂ ਕਿ ਮਨੁੱਖ ਆਈਡੀਅਲ ਬਣੇ, ਤਾਂ ਉਹਦੇ ਵਾਸਤੇ ਸੋਚ ਵੱਡੀ ਚਾਹੀਦੀ ਹੈ, ਠੀਕ। ਉਹ ਸੋਚ ਵੱਡੀ ਬਣੇਗੀ ਕਿਵੇਂ? ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਸਾਹਮਣੇ ਕੰਸੈਪਟ ਰੱਖ ਰਹੇ ਨੇ, ਧੌਲ ਧਰਮ ਦਇਆ ਕਾ ਪੂਤ ਜੀ। ਹੁਣ ਇਸ ਵਿੱਚ ਇੱਕ ਚੀਜ਼ ਹੋਰ ਮਿਕਸ ਹੈ ਜਿਹੜੀ ਸਮਝਣ ਵਾਲੀ ਲੋੜ ਹੈ। ਮਨੁੱਖ ਦੇ ਸੁਭਾਅ ਵਿੱਚ ਜੀ ਉਹ ਜਿਸ ਤੋਂ ਪ੍ਰਭਾਵਿਤ ਹੁੰਦਾ ਹੈ, ਜਿਹਨੂੰ ਆਪਣਾ ਮੰਨਦਾ ਹੈ, ਉਹਦੀਆਂ ਗੱਲਾਂ 'ਤੇ, ਉਹਦੀਆਂ ਵਿਚਾਰਾਂ 'ਤੇ ਵਿਸ਼ਵਾਸ ਕਰ ਲੈਂਦਾ, ਉਹ ਵਿਸ਼ਵਾਸ ਕਰਕੇ ਉਸਨੂੰ ਸੱਤ ਕਰਕੇ ਮੰਨ ਲੈਂਦਾ, ਜਿਵੇਂ ਆਪਾਂ ਪਿੱਛੇ ਸ਼ਬਦ ਵਰਤਦੇ ਫਾਈਨਲ ਵਰਜ਼ਨ ਮੰਨ ਲੈਂਦਾ ਉਹ, ਠੀਕ, ਜਿਹਦੇ ਤੋਂ ਪ੍ਰਭਾਵਿਤ ਹੋ ਜਾਂਦਾ। ਜੇ ਕਿਤੇ ਉਸ ਦੱਸਣ ਵਾਲੇ ਦੇ ਕੋਲ ਇਨਫੋਰਮੇਸ਼ਨ ਇਨਕੰਪਲੀਟ ਹੈ, ਨੌਲੇਜ ਇਨਕੰਪਲੀਟ ਹੈ, ਤਾਂ ਇਨਕੰਪਲੀਟ ਨੌਲੇਜ ਇੰਸਟਾਲ ਹੋ ਗਈ। ਇਹਦਾ ਮਤਲਬ ਇਹ ਉਹਦੀ ਮਨੌਤ ਸੀ,
ਉਹ ਮੰਨ ਰਿਹਾ ਸੀ ਵੀ ਇੱਦਾਂ ਹੈ ਜੀ, ਐਕਚੁਅਲੀ ਨਹੀਂ ਸੀ, ਤਾਂ ਉਹ ਸੁਣਨ ਵਾਲੇ ਨੇ ਉਸਨੂੰ ਮੰਨ ਲਿਆ, ਠੀਕ ਹੈ ਨਹੀਂ ਸੀ ਮੰਨ ਲਿਆ। ਆਪਾਂ ਦੇਖਿਆ ਜਾਵੇ ਤਾਂ ਸਾਇੰਸ ਦੀ ਦੁਨੀਆ ਵਿੱਚ ਇਹ ਗੱਲ ਛੋਟੀ ਨਹੀਂ ਹੈ। ਇਸ ਕੰਸੈਪਟ ਵਿੱਚ ਦੇਖੀਏ ਕਿੰਨੇ ਸਾਲ ਸਦੀਆਂ ਭਰ ਪੜ੍ਹਾਇਆ ਗਿਆ ਕਿ 9 ਪਲੈਨਟ ਨੇ, ਇਹਦਾ ਮਤਲਬ ਨਵਾਂ ਹੈ ਹੀ ਨਹੀਂ ਸੀ, ਹੈ ਨਾ, ਇਨਕੰਪਲੀਟ ਇਨਫੋਰਮੇਸ਼ਨ ਇੰਸਟਾਲ ਹੋ ਗਈ, ਮੰਨ ਲਿਆ। ਉਸਨੂੰ ਕਿਹਾ ਮਿਥਿਹਾਸਕ, ਮੈਥੋਲੋਜੀਕਲੀ ਜੀ। ਤਾਂ ਉਹ ਮੈਥੋਲੋਜੀਕਲੀ ਲੋਕਾਂ ਦੇ ਅੰਦਰ ਘਰ ਘਰ ਜਾਂਦੀ ਹੈ, ਉਸਨੂੰ ਉਹ ਸੱਤ ਕਰਕੇ ਮੰਨੀ ਜਾਂਦੇ ਜੀ। ਹੁਣ ਇਹਦੇ 'ਚ ਇੱਕ ਤਾਂ ਉਹ ਮੈਥੋਲੋਜੀਕਲੀ ਪੁਆਇੰਟ ਵਿੱਚ ਲੈ ਲਿਆ, ਉਹ ਕਹਿੰਦੇ ਸੀ ਕਿ ਧਰਤੀ ਦੇ ਹੇਠਾਂ ਇੱਕ ਧੌਲਾ ਵੱਲਦਾ ਜੀ, ਉਹ ਉਹਨੇ ਆਪਣੇ ਸਿੰਘਾਂ 'ਤੇ ਧਰਤੀ ਚੁੱਕੀ ਹੋਈ ਹੈ, ਜਦੋਂ ਕਿਤੇ ਉਹ ਇੱਕ ਸਿੰਘ ਤੋਂ ਦੂਸਰੇ ਸਿੰਘ 'ਤੇ ਕਰਦਾ ਭੁਚਾਲ ਆ ਜਾਂਦੇ। ਐਸੀਆਂ ਕੁਛ ਮਨੌਤਾਂ, ਐਸੀਆਂ ਕੁਛ ਲੋਕਾਂ ਦੇ ਮਨ 'ਚ ਵਿਚਾਰ ਕਰ ਕੀਤੇ ਹੋਏ ਸਨ ਜੀ। ਤਾਂ ਹੁਣ ਗੁਰੂ ਸਾਹਿਬ ਨੇ ਦੇਖੋ ਕੈਸੀ ਕਮਾਲ ਦੀ ਚੀਜ਼ ਹੈ, ਇੱਕ ਪਾਸੇ ਤਾਂ ਮਨੌਤ ਤੋੜਨੀ ਸੀ, ਦੂਸਰੇ ਪਾਸੇ ਉਹਨਾਂ ਦੀ ਸੋਚ ਨੂੰ ਚੁੱਕ ਕੇ ਉੱਪਰ ਕਰਨਾ ਸੀ ਜੀ। ਤਾਂ ਸਤਿਗੁਰਾਂ ਸ਼ਬਦ ਉਹੀ ਵਰਤਿਆ ਧੌਲ, ਪਰ ਸਤਿਗੁਰੂ ਜੀ ਕਹਿੰਦੇ ਪਿਆਰਿਓ ਆਓ ਮੈਂ ਤੁਹਾਨੂੰ ਦੱਸਾਂ ਉਹ ਧੌਲਾ ਬਲਦ ਹੈ ਕੀ। ਧੌਲ ਧਰਮ, ਇੱਥੇ ਧਰਮ ਦੇ ਅਰਥ ਹੈ ਜੀ ਰੱਬ ਨੇ ਜਿਹੜਾ ਇੱਕ ਨਿਜ਼ਮ ਬਣਾਇਆ ਹੋਇਆ। ਹੁਣ ਜੇ ਆਪਾਂ ਇਹਨਾਂ ਤਿੰਨਾਂ ਪਦਿਆਂ ਨੂੰ ਸਮਝੀਏ ਨਾ ਜੀ, ਇਸ ਵਿੱਚ ਇੱਕ ਹੋਰ ਬੜੀ ਕਮਾਲ ਦੀ ਚੀਜ਼ ਹੈ। ਪੰਜ ਤੱਤ ਨੇ ਜੀ, ਪਾਣੀ ਹੈ, ਹਵਾ ਹੈ, ਅਗਨੀ, ਮਿੱਟੀ, ਸਪੇਸ। ਇਹਨੂੰ ਗੁਰਬਾਣੀ ਅੰਦਰ ਇੱਕ ਪੰਕਤੀ ਆਉਂਦੀ ਹੈ, ਛੱਤਰ ਮਿੱਤਰ ਮਿਲ ਦੇਹ ਬਣਾਈ। ਇੱਕ ਦੂਜੇ ਦੇ ਦੁਸ਼ਮਣ ਵੀ ਨੇ, ਜਿਵੇਂ ਅੱਗ ਅਤੇ ਪਾਣੀ ਦੁਸ਼ਮਣ ਹੈ, ਇਕੱਠੇ ਨਹੀਂ ਰਹਿ ਸਕਦੇ ਜੀ, ਜਾਂ ਉਸ ਨੂੰ ਖਤਮ ਕਰ ਦੂ ਜਾਂ ਉਸ ਨੂੰ ਕਰ ਦੂ। ਮਿੱਟੀ ਅਤੇ ਆਕਾਸ਼ ਇਕੱਠੇ ਨਹੀਂ ਰਹਿ ਸਕਦੇ, ਜਿੱਥੇ ਮਿੱਟੀ ਹੈ ਉੱਥੇ ਸਪੇਸ ਨਹੀਂ ਹੈ, ਜਿੱਥੇ ਸਪੇਸ ਹੈ ਉੱਥੇ ਮਿੱਟੀ ਨਹੀਂ ਹੈ। ਫਿਰ ਵੀ ਐਸੇ ਨਿਜ਼ਮ 'ਚ ਬੰਨ ਦਿੱਤੇ ਵੀ ਦੀ ਟਕਰਾਉਂਦੇ ਨਹੀਂ ਹੈ। ਹੁਣ ਸੋਚ ਕੇ ਦੇਖੋ, ਹਰ ਲੱਕੜੀ ਦੇ ਵਿੱਚ ਅੱਗ ਹੈ, ਬਿਲਕੁਲ ਬਾਂਸ ਦੋ ਇੱਕ ਦੂਸਰੇ ਨਾਲ ਟਕਰਾਉਂਦੇ ਨੇ ਅਤੇ ਅੱਗ ਲੱਗਦੀ ਹੈ, ਜੰਗਲ ਸੜ ਜਾਂਦੇ ਨੇ। ਜਿੰਨੀ ਲੱਕੜੀ ਹੈ, ਜਿੰਨੀ ਉਹ 'ਚ ਅੱਗ ਹੈ, ਜੇ ਹਰ ਵੇਲੇ ਟਕਰਾਉਂਦੀ ਰਹੇ ਤਾਂ ਸੰਸਾਰ ਸੜ ਜੂਗਾ, ਬਿਲਕੁਲ ਕਿਸੇ ਨਿਜ਼ਮ ਵਿੱਚ ਹੈ। ਉਸ ਨਿਜ਼ਮ ਦੇ ਵਿੱਚ ਜਦੋਂ ਉਸ ਨਿਜ਼ਮ ਵਿੱਚ ਕੋਈ ਗੜਬੜ ਆਉਂਦੀ ਹੈ ਤਾਂ ਉਦੋਂ ਟਕਰਾਉਂਦੇ ਨੇ ਜੀ, ਹੈ ਨਾ। ਅਤੇ ਉਹ ਜਿਹੜਾ ਹੈ ਧਰਮ, ਉਹਦਾ ਕਰਕੇ ਆ ਦੁਨੀਆ ਬੱਝੀ ਹੋਈ ਹੈ, ਉਹ ਜਿਹੜਾ ਨਿਜ਼ਮ ਬਣਿਆ ਹੋਇਆ ਉਸ ਵਿੱਚ ਬੱਝੀ ਹੋਈ ਹੈ। ਧੌਲ ਧਰਮ ਦਇਆ ਕਾ ਪੂਤ, ਰੱਬ ਨੇ ਸਾਡੇ 'ਤੇ ਦਇਆ ਕੀਤੀ। ਇੱਕ ਚੀਜ਼ ਤਾਂ ਮੰਨਣੀ ਪਏਗੀ, ਕੁਦਰਤ ਉਹਦਾ ਰੂਪ ਹੈ, ਇਹਦੀਆਂ ਸ਼ਕਤੀਆਂ ਨੂੰ ਕੰਟਰੋਲ ਕਰਨ ਵਾਲਾ ਉਹ ਆਪ ਹੈ ਜੀ। ਆਸਾ ਦੀ ਵਾਰ ਦੀ ਇੱਕ ਪੌੜੀ ਵਿੱਚ ਇਹ ਗੱਲ ਸਪਸ਼ਟ ਕਰ ਦਿੱਤੀ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀ। ਹੁਣ ਇਸ ਕੁਦਰਤ ਦੇ ਵਿੱਚ ਉਹਨੇ ਜਿਹੜਾ ਨਿਜ਼ਮ ਬਣਾਇਆ ਉਹ ਦਇਆ ਕੀਤੀ, ਨਿਜ਼ਮ ਐਸਾ ਬਣਾ ਦਿੱਤਾ, ਉਸ ਕਰਕੇ ਹੀ ਸਾਡਾ ਜੀਵਨ ਚੱਲ ਰਿਹਾ, ਉਸ ਕਰਕੇ ਹੀ ਸਾਰਾ ਕੁਛ ਚੱਲ ਰਿਹਾ, ਉਹਨੇ ਦਇਆ ਕੀਤੀ। ਅੱਗੇ ਸ਼ਬਦ ਆਉਂਦਾ ਸੰਤੋਖ ਥਾਪ ਰੱਖਿਆ ਜਿਨ ਸੂਤ ਜੀ। ਸੰਤੋਖ, ਸੰਤੋਖ ਸ਼ਬਦ ਨੂੰ ਹਿੰਦੀ ਵਾਲੇ ਕਹਿੰਦੇ ਨੇ ਸੰਤੁਸ਼ਟ, ਰਾਈਟ, ਠੀਕ ਹੈ। ਇਹਦੀ ਆਪਾਂ ਇੰਗਲਿਸ਼ ਟ੍ਰਾਂਸਲੇਸ਼ਨ ਕਰੀਏ ਤਾਂ ਸੈਟਿਸਫੈਕਸ਼ਨ। ਇਹਦਾ ਮਤਲਬ ਕੁਦਰਤ ਦੇ ਵਿੱਚ ਜੋ ਕੁਛ ਪੈਦਾ ਕੀਤਾ ਉਹ ਆਪਣੇ ਨਿਯਮ ਵਿੱਚ ਸੈਟਿਸਫਾਈਡ ਹੈ, ਠੀਕ। ਹਵਾ ਆਪਣੇ ਆਪ ਵਿੱਚ ਸੈਟਿਸਫਾਈਡ ਹੈ, ਪਾਣੀ ਆਪਣੇ ਆਪ ਵਿੱਚ ਸੈਟਿਸਫਾਈਡ ਹੈ ਜੀ। ਪਾਣੀ ਲੰਘ ਰਿਹਾ, ਉਹਦਾ ਨਿਯਮ ਕੀ ਹੈ ਕਿ ਉਹਨੇ ਨੀਵੇਂ ਪਾਸੇ ਨੂੰ ਜਾਣਾ, ਪਾਣੀ ਚੱਲੇ ਨਿਵਾਣ ਨੂੰ, ਨਿਵਾਣ ਨੂੰ, ਠੀਕ। ਉਹਨੇ ਨੀਵੇਂ ਪਾਸੇ ਨੂੰ ਜਾਣਾ, ਉਹਦੇ ਤੋਂ ਕਿਤੇ 10-15 ਫੁੱਟ ਅੱਗ ਲੱਗ ਰਹੀ ਹੈ, ਕਦੀ ਨਹੀਂ ਉਹਨੂੰ ਬੁਝਾਉਣ ਤੁਰਦਾ, ਠੀਕ। ਤਾਂ ਤੁਸੀਂ ਦੇਖਿਆ ਹੋਏਗਾ ਉਹ ਪਾਣੀ ਨੂੰ ਲਿਜਾਣਾ ਪਏਗਾ, ਪਰ ਆਪੇ ਨਹੀਂ ਜਾਂਦਾ, ਠੀਕ ਹੈ। ਅੱਗ ਉਹਨੂੰ ਸੜ ਸਕਦੀ ਹੈ, ਅੱਗ ਉੱਥੇ ਲੱਗ ਰਹੀ ਹੈ, ਅੱਗ ਕਦੀ ਸਪੈਸ਼ਲ ਚੱਲ ਕੇ ਇੱਥੇ ਨਹੀਂ ਆਏਗੀ, ਹਵਾ ਉਹਨੂੰ ਲਿਆਏਗੀ ਇੱਧਰ ਨੂੰ ਜੀ। ਇਹਦਾ ਮਤਲਬ ਉਹ ਆਪਣੇ ਆਪਣੇ ਨਿਯਮ ਸੈਟਿਸਫਾਈਡ ਨੇ। ਹੁਣ ਜਿਹੜੀ ਸੋਚ ਵੱਡੀ ਕਰਨ ਦੀ ਗੱਲ ਹੈ, ਮੇਰੇ ਵਿਚਾਰ ਅਤੇ ਤੁਹਾਡੇ ਵਿਚਾਰ ਹੋ ਸਕਦਾ ਬਹੁਤ ਸਾਰੇ ਪੱਖ 'ਤੇ ਨਹੀਂ ਰਲ ਸਕਦੇ ਜੀ। ਆਪਾਂ ਇੱਕ ਐਪੀਸੋਡ ਕੀਤਾ ਸਟਾਰਟਿੰਗ 'ਤੇ, ਹਰ ਇੱਕ ਦੀ ਮਾਇੰਡ ਜਰਨੀ ਆਪਣੀ ਆਪਣੀ ਹੈ, ਬਿਲਕੁਲ, ਹੈ ਨਾ। ਮੇਰੇ ਘਰ ਦਾ ਕਲਚਰ, ਤੁਹਾਡੇ ਘਰ ਦਾ ਕਲਚਰ ਵੱਖਰਾ ਸੀ, ਮਾਇੰਡ ਜਰਨੀ ਵੱਖਰੀ ਹੈ, ਵਿਚਾਰ ਨਹੀਂ ਰਲ ਸਕਦੇ। ਜੇ ਮੈਂ ਆਪਣੇ ਵਿਚਾਰਾਂ ਤੋਂ ਸੰਤੁਸ਼ਟ ਹਾਂ, ਤੁਸੀਂ ਆਪਣੇ ਵਿਚਾਰਾਂ ਤੋਂ ਸੰਤੁਸ਼ਟ ਹਾਂ, ਲੜਾਈ ਨਹੀਂ ਹੋ ਸਕਦੀ, ਠੀਕ। ਹੋਏਗੀ ਕਦੋਂ, ਜਦੋਂ ਮੈਂ ਚਾਹਾਂਗਾ ਮੈਂ ਇਹਨਾਂ ਦੇ ਵਿਚਾਰ ਬਦਲਾਂ, ਇਹ ਵੀ ਮੇਰੇ ਵਿਚਾਰਾਂ ਦੇ ਹੋ ਜਾਣ, ਤੁਸੀਂ ਕਹੋ ਵੀ ਇਹ ਵੀ ਵਿਚਾਰਾਂ ਦੇ ਹੋ ਜਾਣ। ਇਹਦਾ ਮਤਲਬ ਸੈਟਿਸਫੈਕਸ਼ਨ, ਠੀਕ ਹੈ, ਮੇਰੇ ਵਿਚਾਰ ਹੈ। ਇੱਥੇ ਮੈਂ ਇੱਕ ਹੋਰ ਉਦਾਹਰਨ ਦੇਣੀ ਚਾਹਾਂਗਾ। ਪਿੱਛੇ ਜਿਹਾ ਮੈਂ ਵਾਕਿੰਗ ਕਰ ਰਿਹਾ ਸੀ ਅਤੇ ਮੇਰੇ ਮਨ 'ਚ ਇਹ ਵਿਚਾਰ ਆਇਆ, ਰੋਟੀ ਖਾਣ ਦਾ ਤਰੀਕਾ ਹਰ ਇੱਕ ਦਾ ਆਪਣਾ ਆਪਣਾ ਹੈ, ਬਿਲਕੁਲ ਵੱਖਰਾ। ਉਹ ਕਹਿੰਦਾ ਜੀ ਮੈਂ ਤਾਂ, ਡਾਕਟਰ ਨੇ ਕਿਹਾ ਸੀ 10 ਸਾਲ ਹੋ ਗਏ, 32 ਵਾਰੀ ਉਸਨੂੰ ਚਬਾ ਕੇ ਖਾਂਦਾ,
ਚਬਾ ਕੇ ਕਹਿ ਲਓ, ਚਿੱਥ ਕੇ ਕਹਿ ਲਓ, ਫਿਰ ਮੈਂ ਖਾਂਦਾ। ਉਹ ਕਹਿੰਦਾ ਭਰਾਵਾ ਮੈਂ ਤਾਂ ਭੁੱਖ ਲੱਗੀ ਹੁੰਦੀ ਹੈ, ਮੈਂ ਤਾਂ 5-7 ਵਾਰੀ ਖਾਂਦਾ। ਕਦੀ ਇਸ 'ਤੇ ਲੜਾਈ ਹੁੰਦੀ ਦੇਖੀ? ਕੱਪੜੇ ਹਰੇਕ ਆਪਣੇ ਆਪਣੇ ਰੰਗ ਪਹਿਨਦਾ, ਕੋਈ ਕਦੀ ਲੜਾਈ ਨਹੀਂ ਹੁੰਦੀ ਦੇਖੀ, ਹੈ ਨਾ? ਆਪਣੇ ਆਪਣੇ ਸਟਾਈਲ ਹੈ। ਇਹਦਾ ਮਤਲਬ ਹਰ ਬੰਦਾ ਸੈਟਿਸਫਾਈਡ ਹੈ। ਉਹ ਕਹਿੰਦਾ ਠੀਕ ਹੈ ਯਾਰ, ਇਹ ਮੇਰਾ ਸਟਾਈਲ ਹੈ, ਇਹ ਤੇਰਾ ਸਟਾਈਲ ਹੈ, ਸੈਟਿਸਫਾਈਡ ਹੈ ਜੀ। ਤਾਂ ਉਹ ਸੰਤੋਖ ਸਾਡੇ 'ਤੇ ਇੱਕ ਦਇਆ ਕੀਤੀ। ਬਿਲਕੁਲ। ਸੋ ਇਹ ਸੰਤੋਖ, ਦਇਆ, ਧੌਲ, ਧਰਮ, ਦਇਆ ਕਾ ਪੂਤ ਜਦੋਂ ਅਸੀਂ ਕਹਿੰਦੇ ਹਾਂ, ਹਾਂਜੀ ਹਾਂਜੀ, ਇਹ ਤੁਸੀਂ ਕੀ ਡਿਟੈਕਟ ਕਰਨਾ? ਜਿਸ ਤਰ੍ਹਾਂ ਬੜੀ ਸੋਹਣੇ ਤਰੀਕੇ ਨਾਲ ਤੁਸੀਂ ਕਿਹਾ ਕਿ ਵੱਖਰੇ ਵੱਖਰੇ ਢੰਗ ਨੇ, ਸਭ ਕੁਝ ਹੈਗਾ, ਲੇਕਿਨ ਸਾਡਾ ਮਕਸਦ ਹੋਣਾ ਚਾਹੀਦਾ ਕਿ ਆਪਣੀ ਥੋਟ ਨੂੰ, ਆਪਣੀ ਸੋਚ ਨੂੰ ਕਿਵੇਂ ਉਸ ਨੂੰ ਉੱਚਾ ਰੱਖਣਾ ਹੈ ਤੇ ਉਹ ਟਕਰਾਰ ਦੇ ਵਿੱਚ ਨਾ ਆਵੇ। ਇਹਦੇ ਬਾਰੇ ਹੋਰ ਜਾਣਕਾਰੀ ਲੈਣੇ ਗੁਰੂ ਸਾਹਿਬ ਕੀ ਕਰਨੇ ਇਸ ਬ੍ਰੇਕ ਤੋਂ ਬਾਅਦ? ਛੋਟੇ ਘਰਾਂ ਤੋਂ ਲੈ ਕੇ ਵੱਡੇ ਪ੍ਰੋਜੈਕਟਸ ਤੱਕ ਬਾਹਰੋਂ ਸ਼ਿੰਗਾਰਨ ਲਈ ਮਸ਼ਹੂਰ ਹਨ ਜਿਹੜੇ ਸਟੋਨ ਕੰਪਨੀ ਵਾਲੇ। ਘਰ ਨੂੰ ਟ੍ਰੈਡੀਸ਼ਨਲ ਕੰਟੈਂਪਰਰੀ ਜਾਰਜੀਅਨ ਮਾਡਰਨ ਲੁੱਕ ਦੇਣੀ ਹੈ, ਕਾਲ ਕਰੋ ਜੇਰੇ ਸਟੋਨ ਨੂੰ, ਜੋ ਆਪਣੇ ਕਾਬਲ ਸਟਾਫ ਨੂੰ ਭੇਜ ਕੇ ਫ੍ਰੀ ਐਸਟੀਮੇਟ ਦੇਣਗੇ। ਸਟੋਨ ਟਾਈਲਸ, ਅਰਬਨ ਸਟੋਨ, ਮੋਲਡਿੰਗ, ਅਸੈਸਰੀਜ਼, ਪਿਲਰਸ ਆਦਿ ਨੂੰ ਇੰਸਟਾਲ ਕਰਨ ਵਿੱਚ ਇਹ ਮਹਾਰਤ ਰੱਖਦੇ ਹਨ। 25 ਸਾਲ ਦੀ ਵਾਰੰਟੀ, ਮੇਨਟੇਨੈਂਸ ਫ੍ਰੀ, ਗਵਰਨਮੈਂਟ ਅਪਰੂਵਡ ਟਾਈਲਸ ਦੀ ਵਰਤੋਂ ਕਰਕੇ ਜ਼ਰੂਰ ਵੇਖੋ। ਕਾਲ ਕਰੋ 6046149231 ਜਾਂ ਫਿਰ ਵਿਜ਼ਿਟ ਕਰੋ ਯੂਨਿਟ ਨੰਬਰ 500 1515 ਬ੍ਰੌਡਵੇ ਸਟ੍ਰੀਟ, ਪੋਰਟ ਕੋਕਟਲਮ। ਇਹ ਅਧਿਆਤਮਕ ਸੈਗਮੈਂਟ AMC ਇੰਸ਼ੋਰੈਂਸ ਵੱਲੋਂ ਸਪਾਂਸਰ ਕੀਤਾ ਗਿਆ ਹੈ। 6045076666। ਕੀ ਧਰਮ ਸਿਰਫ ਗੁਰਦੁਆਰੇ ਮੰਦਰਾਂ 'ਚ ਜਾਣ ਨੂੰ ਹੀ ਅਸੀਂ ਕਹਾਂਗੇ? ਕੀ ਜੇਕਰ ਧਰਮ ਸਥਾਨਾਂ 'ਤੇ ਜਾ ਕੇ ਸਾਡੇ ਸੰਤੋਖ ਨਹੀਂ ਆ ਰਿਹਾ, ਸਾਨੂੰ ਸਮਝ ਨਹੀਂ ਆ ਰਹੀ ਕਿ ਜੀਵਨ ਜਾਂਚ ਕੀ ਹੈ, ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਰਸਤਾ ਸਹੀ ਨਹੀਂ ਹੈ। ਉਸ ਵਾਸਤੇ ਧੌਲ, ਧਰਮ, ਦਇਆ ਕਾ ਪੂਤ, ਸੰਤੋਖ ਰਾਪ ਰੱਖਿਆ ਜਨਸੂਤ। ਇਸ ਉੱਤੇ ਭਾਈ ਸਾਹਿਬ ਸਾਡੇ ਨਾਲ ਸਾਂਝ ਪਾ ਰਹੇ ਨੇ, ਗੁਰੂ ਸਾਹਿਬ ਕੀ ਕਹਿ ਰਹੇ ਨੇ ਇਸ ਪ੍ਰੋਗਰਾਮ ਦੇ ਵਿੱਚ। ਗੁਰਗਿਆਨ ਸਮੁੰਦਰ ਸੀਰੀਜ਼ ਵਿੱਚ ਮਕਸਦ ਹੀ ਸਾਡਾ ਇਹ ਹੈ ਕਿ ਸਮਝ ਸਾਡੀ ਵੱਧ ਸਕੇ, ਸਾਡੀ ਸੋਚ ਵਿੱਚ ਇਜ਼ਾਫਾ ਹੋ ਸਕੇ, ਤਾਂ ਕਿ ਅਸੀਂ ਗੁਰੂ ਦਾ ਸਹਾਰਾ ਲੈ ਕੇ ਆਪਣੇ ਜੀਵਨ ਵਿੱਚ ਖੁਸ਼ਹਾਲੀ ਲਿਆ ਸਕੀਏ। ਆਓ ਭਾਈ ਸਾਹਿਬ ਤੋਂ ਹੋਰ ਜਾਣਕਾਰੀ ਲੈਂਦੇ ਹਾਂ। ਜੀ ਭਾਈ ਸਾਹਿਬ ਜੀ। ਹਾਂਜੀ ਵੀਡੀਓ, ਇੱਕ ਤਾਂ ਸਾਡੇ ਸਾਰੇ ਦਰਸ਼ਕਾਂ ਨੂੰ ਮੈਂ ਬੇਨਤੀ ਕਰਨੀ ਚਾਹਾਂਗਾ, ਸਾਨੂੰ ਥੋੜ੍ਹਾ ਜਿਹਾ ਅੰਦਰੋਂ ਜਾਗਣਾ ਪਏਗਾ। ਮੇਰੇ ਗੁਰੂ ਪਾਤਸ਼ਾਹ ਜਦੋਂ ਗੱਲਾਂ ਕਰਦੇ ਨੇ, ਸਾਨੂੰ ਦੱਸਦੇ ਨੇ, ਤਾਂ ਉਹਨਾਂ ਦਾ ਸਟਾਈਲ ਕੀ ਹੈ ਕਹਿਣ ਦਾ ਜੀ, ਹੈ ਨਾ? ਉਹਨਾਂ ਸਮਝਾਉਣ ਦਾ ਤਰੀਕਾ ਕੀ ਹੈ? ਸਾਡੇ ਸਾਹਮਣੇ 3 ਚੀਜ਼ਾਂ ਰੱਖੀਆਂ, ਔਰ ਰੱਖੀਆਂ ਕਿਵੇਂ ਕਿ ਇਹ ਰੱਬ ਨੇ, ਰੱਬ ਦਾ ਇੱਕ ਧਰਮ ਹੈ, ਨਿਯਮ ਬਣਾ ਦਿੱਤਾ ਜੀ। ਉਸ ਨਿਯਮ ਦੇ ਵਿੱਚ ਉਹਨੇ ਸਾਡੇ 'ਤੇ ਇੱਕ ਤਰਸ ਕੀਤਾ, ਇਹਦਾ ਮਤਲਬ ਉਹਦੇ 'ਚੋਂ ਸਾਨੂੰ ਫਾਇਦਾ ਮਿਲਿਆ, ਫਾਇਦਾ ਮਿਲ ਰਿਹਾ ਸਾਡੇ 'ਤੇ, ਨਹੀਂ ਸਾਡੀ ਜ਼ਿੰਦਗੀ ਨਹੀਂ ਚੱਲਣੀ। ਅਤੇ ਉਸ ਦੇ ਵਿੱਚ ਇੱਕ ਸਿਸਟਮ ਰੱਖ ਦਿੱਤਾ ਕਿ ਉਹ ਸੈਟਿਸਫਾਈਡ ਨੇ ਜੀ। ਹੁਣ ਇਹਦੇ 'ਚੋਂ ਸਿੱਖਿਆ ਕੀ ਹੈ? ਅਗਲੀ ਪੰਕਤੀ ਦੇਖੋ, ਜੇ ਕੋ ਬੁੱਝੈ ਹੋਵੇ ਸਚਿਆਰ। ਕੀ ਬੁੱਝੈ? ਰੱਬ ਦੇ ਬਣਾਏ ਹੋਏ ਉਸ ਨਿਯਮ ਨੂੰ ਬੁੱਝ। ਜੇ ਉਹ 5 ਤੱਤ, ਜੇ ਅੱਗ ਤੇ ਪਾਣੀ ਇੱਕ ਦੂਸਰੇ ਦੇ ਵਿਰੋਧੀ ਵੀ ਆਪਣੇ ਆਪਣੇ ਸਿਸਟਮ ਤੋਂ ਸੈਟਿਸਫਾਈਡ ਹੋ ਕੇ ਦੁਨੀਆਂ ਦੇ ਕੰਮ ਸਵਾਰ ਰਹੇ ਨੇ, ਤੇ ਅਸੀਂ ਵੀ ਆਪਣੇ ਵਿਚਾਰਾਂ ਦੀ ਮਤਭੇਦਤਾ ਦੇ ਬਾਵਜੂਦ ਵੀ ਕੁਛ ਕਰ ਸਕਦੇ ਹਾਂ। ਠੀਕ। ਇੱਥੇ ਮੈਂ ਇੱਕ ਅਪੀਲ ਵੀ ਕਰਨੀ ਚਾਹਾਂਗਾ ਵੀਰ ਜੀ, ਕਿਉਂਕਿ ਇਹ ਤਕਰੀਬਨ 25-26 ਸਾਲਾਂ ਦੇ ਵਿੱਚ ਮੈਂ ਤੇ ਇੱਕੋ ਹੀ ਤਰਫ ਲੈ ਕੇ ਚੱਲ ਰਿਹਾ ਕਿ ਬੱਚਿਆਂ ਲਈ ਕੁਛ ਕੀਤਾ ਜਾਵੇ। ਜਿੱਥੇ ਮੈਂ ਕਥਾ ਲਈ ਜਾਣਾ, ਮੈਂ ਵੀਕਐਂਡ ਦੇ ਉੱਪਰ ਧੱਕੇ ਨਾਲ ਹੀ ਕਲਾਸਾਂ ਲੱਖ ਲੈਂਦਾ ਸੀ, ਹੈ ਨਾ? ਬੱਚਿਆਂ ਲਈ ਕੁਛ ਕੀਤਾ ਜਾਵੇ, ਸੈਟਿਸਫੈਕਸ਼ਨ ਵੀ ਮਿਲ ਰਹੀ ਹੈ, ਅੰਦਰੋਂ ਸਕੂਨ ਵੀ ਮਿਲਦਾ ਹੈ, ਉਹਦੇ ਰਿਜ਼ਲਟ ਵੀ ਆਉਂਦੇ ਨੇ, ਸੰਗਤ ਵੀ ਜੁੜਦੀ ਹੈ। ਬਿਲਕੁਲ ਜੀ, ਉਸਦਾ ਜਿਹੜਾ ਰਿਜ਼ਲਟ ਹੈਗਾ ਉਹ ਤਾਂ ਸਾਡੇ ਸਾਹਮਣੇ ਕਿ ਰਜਾਇਨਾ 'ਚ ਜਿੱਥੇ ਕਦੀ ਪਹਿਲਾਂ ਇੰਨਾ ਸਿੱਖੀ ਦਾ ਪ੍ਰਚਾਰ ਨਹੀਂ ਹੋਇਆ, ਕਿਸ ਤਰੀਕੇ ਨਾਲ ਖਾਸ ਤੌਰ ਉੱਤੇ ਯੰਗਰ ਜਨਰੇਸ਼ਨ ਜੁੜ ਰਹੀ ਹੈ। ਸੋ ਮੁਬਾਰਕਬਾਦ ਤੁਹਾਨੂੰ ਉਸ ਵਾਸਤੇ। ਧੰਨਵਾਦ ਜੀ। ਅਤੇ ਉਹਦੇ 'ਚ ਹੁਣ ਅਸੀਂ ਬੱਚਿਆਂ ਦੀ ਸਾਈਕੀ ਨੂੰ ਦੇਖੀਏ ਤਾਂ ਉਹ ਕੁਛ ਜਾਣਨਾ ਚਾਹੁੰਦੇ ਨੇ। ਠੀਕ। ਵੈਸੇ ਤਾਂ ਪੇਰੈਂਟਸ ਵੀ ਜਾਣਨਾ ਚਾਹੁੰਦੇ ਨੇ, ਬਸ਼ਰਤੇ ਕਿ ਉਹ ਜੋ ਜਾਣਨਾ ਚਾਹੁੰਦੇ ਉਹਦਾ ਫਾਇਦਾ ਉਹਨਾਂ ਨੂੰ ਮਿਲ ਰਿਹਾ ਹੋਵੇ। ਰਾਈਟ, ਹੈ ਨਾ ਜੀ? ਅਤੇ ਸਾਡੀ ਆਉਣ ਵਾਲੀ ਪੀੜ੍ਹੀ ਜਾਣਨਾ ਚਾਹੁੰਦੀ ਹੈ। ਇਹਦਾ ਮਤਲਬ ਜੇ ਕੋ ਬੁੱਝੈ। ਹੁਣ ਜਦੋਂ ਅਸੀਂ ਧਰਮ ਦੀ ਵਿਆਖਿਆ ਕਰਦੇ ਹਾਂ ਤੇ ਉਹ ਧਰਮ ਦੇ ਕਰਮਾਂ ਨੂੰ ਅਸੀਂ ਧਰਮ ਬਣਾ ਕੇ ਪੇਸ਼ ਕਰ ਰਹੇ ਹਾਂ। ਠੀਕ ਠੀਕ ਹੈ ਨਾ ਜੀ? ਪਰ ਰੱਬ ਦੇ ਬਣਾਏ ਹੋਏ ਇਸ ਧਰਮ ਦੇ ਵਿੱਚ ਜਿਉਂਦਿਆਂ ਮੇਰੀ ਜ਼ਿੰਦਗੀ ਦੇ ਪ੍ਰਿੰਸੀਪਲਸ ਕੀ ਨੇ? ਧਰਮ ਇੱਥੇ ਖੜੇਗਾ ਵੀ। ਠੀਕ। ਪ੍ਰਿੰਸੀਪਲਸ ਕੀ ਨੇ? ਪਿਛਲੇ ਦਿਨੀ ਉੱਥੇ ਅਸੀਂ ਪਰਿਵਾਰਾਂ ਦੀ ਇੱਕ ਇਕੱਤਰਤਾ ਰੱਖੀ ਰਜਾਇਨਾ ਦੇ ਵਿੱਚ। ਉੱਥੇ ਮੈਂ ਇੱਕ ਬੇਨਤੀ ਕੀਤੀ, ਮੈਂ ਕਿਹਾ ਇੱਥੇ ਆਪਾਂ ਸਾਰੇ ਵਧੀਆ ਨਿਮਰਤਾ ਵਾਲੇ ਹਾਂ ਜੀ, ਸਾਰੇ ਚੰਗੇ ਚੰਗੇ ਦਿਖਾਈ ਦਿੰਦੇ, ਇੱਕ ਦੂਜੇ ਦੀ ਹੈਲਪ ਕਰਦੇ ਆ, ਇਹੀ ਚੀਜ਼ ਬਾਹਰ ਰਹਿਣੀ ਚਾਹੀਦੀ ਹੈ। ਰਾਈਟ। ਤਾਂ ਉਹ ਧਰਮ ਸਾਡੇ 'ਚ ਆ ਗਿਆ। ਬਿਲਕੁਲ, ਹੈ ਨਾ? ਹੁਣ ਜੇ ਉਹ ਸੈਟਿਸਫਾਈਡ ਹੋ ਕੇ ਪਾਣੀ ਵੀ
ਸਵਾਰ ਰਹੇ ਹਾਂ ਅਤੇ ਅੱਗ ਵੀ ਸਵਾਰ ਰਹੀ ਹੈ, ਅਸੀਂ ਸੈਟਿਸਫਾਈਡ ਹੋਵਾਂਗੇ ਤਾਂ ਅਸੀਂ ਵੀ ਕੁਛ ਨਾ ਕੁਛ ਕਰ ਸਕਦੇ ਜੀ। ਇੱਥੇ ਬੁੱਝਣ ਦੇ ਅਰਥ ਕੀ ਹੈ ਕਿ ਉਸ ਸਿਸਟਮ ਨੂੰ ਸਮਝ। ਹੁਣ ਜਿਵੇਂ ਆਪਾਂ ਸੜਕ 'ਤੇ ਜਾਂਦੇ ਹਾਂ, ਰੋਡ ਸਾਈਨਸ ਲੱਗੇ ਹੋਏ ਨੇ ਜੀ, ਜੇ ਕੋਈ ਕਹਿੰਦਾ ਵੀ ਇਹ ਰੋਡ ਸਾਈਨਸ ਨੂੰ ਬੁੱਝ, ਬੁੱਝਣ ਦੇ ਅਰਥ ਕੀ ਹੈ ਜਾਂ ਇਹਨੂੰ ਵਿਚਾਰ, ਵਿਚਾਰਨ ਦੇ ਅਰਥ ਕੀ ਹੈ? ਬਿਲਕੁਲ, ਉਸਨੂੰ ਐਕਸੈਪਟ ਕਰਨਾ, ਆਪਣੀ ਜ਼ਿੰਦਗੀ 'ਚ ਜਿਉਣਾ। ਠੀਕ, ਤੁਸੀਂ ਹਾਈਵੇ 'ਤੇ ਕਦੀ ਗੱਡੀਆਂ ਚੱਲਦੀਆਂ ਦੇਖਿਓ ਜੀ, ਹਾਈਵੇ 'ਤੇ ਕੀ ਹੈ ਕਿ ਤੁਹਾਨੂੰ ਇੱਦਾਂ ਲੱਗੇਗਾ ਜਿਵੇਂ ਸਾਰੀਆਂ ਗੱਡੀਆਂ ਇੱਕ ਰੱਸੀ ਨਾਲ ਬੰਨ੍ਹ ਕੇ ਜਾ ਰਹੀਆਂ। ਠੀਕ, ਇੱਥੇ ਸੂਤ ਰੱਖਿਆ ਨਾ ਸ਼ਬਦ ਸੂਤ, ਕਿਉਂਕਿ ਹਰ ਇੱਕ ਨੇ ਕਰੂਜ਼ ਲਾਇਆ ਹੋਇਆ, ਗੱਡੀਆਂ ਇੱਕੋ ਜਿਹੀਆਂ ਜਾ ਰਹੀਆਂ। ਇੱਦਾਂ ਕਹਿ ਲਓ ਕਿ ਉਹ ਜਿਹੜੇ ਰੋਡ ਸਾਈਨਸ ਲੱਗੇ ਹੋਏ ਨੇ, ਲੋਕ ਉਹਨਾਂ ਨੂੰ ਜਿਉਂ ਰਹੇ ਨੇ ਜ਼ਿੰਦਗੀ, ਹੈ ਨਾ। ਜੇ ਕੋ ਬੁੱਝੈ ਹੋਵੇ ਸਚਿਆਰ, ਰਾਈਟ। ਹੁਣ ਇਹ ਜਿਹੜਾ ਸਚਿਆਰ ਹੈ, ਹੁਣ ਉਸ ਕੰਸੈਪਟ ਨਾਲ ਜੋੜ ਕੇ ਦੇਖੋ, ਇਹਨੂੰ ਟਰੁੱਥਫੁੱਲ ਲਾਈਫ ਕਹਿ ਲਓ, ਇਹਨੂੰ ਗੁਰਸਿੱਖੀ ਜੀਵਨ ਕਹਿ ਲਓ, ਇਹਨੂੰ ਧਰਮੀ ਜੀਵਨ ਕਹਿ ਲਓ, ਜੋ ਮਰਜ਼ੀ ਨਾਮ ਦੇ ਦੇਵੋ, ਕੀ ਛੋਟੀ ਸੋਚ ਵਾਲਾ ਧਰਮੀ ਬਣ ਜਾਏਗਾ? ਛੋਟੀ ਸੋਚ ਵਾਲਾ ਗੁਰਸਿੱਖੀ ਜੀਵਨ ਦਾ ਪ੍ਰਭਾਵ ਮੇਨਟੇਨ ਕਰ ਰੱਖੇਗਾ, ਹੈ ਨਾ। ਫਿਰ ਹੁਣ ਇੱਕ ਪਾਸੇ ਇਹ ਚੀਜ਼ ਦੇ ਕੇ ਹੁਣ ਉਹ ਮਨੌਤ ਨੂੰ ਕੱਟ ਰਹੇ ਨੇ ਵਿਦ ਲੌਜਿਕ, ਕਹਿੰਦੇ ਵੀ ਜੇ ਤੁਸੀਂ ਕਹਿੰਦੇ ਵੀ ਉਹ ਧਵਲਾ ਬਲਦ ਹੈ ਤਾਂ ਧਵਲਾ ਉੱਪਰ ਕੇਤਾ ਭਾਰ। ਪਹਿਲੀ ਗੱਲ ਤਾਂ ਸੋਚਣ ਵਾਲੀ ਹੈ ਕਿ ਉਹ ਛੋਟਾ ਜਿਹਾ ਬਲਦ ਐਡੀ ਵੱਡੀ ਧਰਤੀ ਦਾ ਭਾਰ ਕਿਵੇਂ ਚੁੱਕ ਰਿਹਾ? ਜੇ ਹੈ ਵੀ ਤਾਂ ਫਿਰ ਉਹ ਕਿਸ 'ਤੇ ਖੜਾ? ਉਹਦੇ ਥੱਲੇ ਕੋਈ ਹੋਰ ਧਰਤੀ ਹੋਏਗੀ, ਧਰਤੀ ਹੋਰ ਪਰੈ ਹੋਰ ਹੋਰ, ਇਹ ਤਾਂ ਫਿਰ ਮੁੱਕੇਗਾ ਨਹੀਂ। ਤਿਸ 'ਤੇ ਭਾਰ ਤਲੈ ਕਵਣ ਜ਼ੋਰ, ਜਿਹੜਾ ਲਾਸਟ 'ਤੇ ਹੋਏਗਾ ਉਹਦੇ 'ਤੇ ਕਿੰਨਾ ਭਾਰ ਹੋਏਗਾ? ਹੁਣ ਇਹ ਕਹਿਤਾ ਵੀ ਉਹ ਮਨੌਤ ਜਿਹੜੀ ਹੈ ਉਸਨੂੰ ਤੁਸੀਂ ਪਾਸੇ ਕਰੋ, ਆਪਣੇ ਮਾਇੰਡ ਵਿੱਚ ਜਿਹੜਾ ਤੁਹਾਡੇ ਬਣਿਆ ਹੋਇਆ ਉਸਨੂੰ ਪਾਸੇ ਕਰੋ। ਧਰਤੀ ਦੇ ਹੇਠਾਂ ਤੌਲਾ ਬਲਦ ਹੈ ਜਾਂ ਨਹੀਂ ਹੈ ਉਸਦਾ ਕੋਈ ਸਰੋਕਾਰ ਨਹੀਂ, ਨਾ ਉਹ ਕੁਛ ਸੰਵਾਰੇਗਾ ਨਾ ਕੁਛ ਵਿਗਾੜੇਗਾ। ਜਿਹੜਾ ਅਸਲੀ ਤੌਲ ਧਰਮ ਹੈ ਉਸਨੂੰ ਸਮਝਣ ਦਾ ਯਤਨ ਕਰੋ ਜੀ। ਇਹ ਕੁਛ ਛੋਟੇ ਛੋਟੇ ਤਰੀਕੇ ਗੁਰੂ ਸਾਹਿਬ ਦੇ ਦੇਖਣ ਵਾਲੇ ਹੈ ਜੀ। ਅਗਲੇ ਦੇ ਮਨ ਵਿੱਚੋਂ ਮਨੌਤ ਵੀ ਪਾਸੇ ਕਰ ਦੇਣੀ, ਟਕਰਾਅ ਵੀ ਪੈਦਾ ਨਾ ਹੋਣ ਦੇਣਾ, ਅਤੇ ਉਹਨੂੰ ਇੱਕ ਨਵੀਂ ਸੋਚ ਦੇ ਦੇਣੀ ਜੀ। ਹੁਣ ਇਸ ਪਾਸੇ ਧਿਆਨ ਦਵਾ ਕੇ ਰੱਬ ਦੇ ਨਿਜ਼ਮ ਵੱਲ, ਉਹਦੇ ਸੰਤੋਖ ਦੇ ਸੂਤਰ ਵੱਲ, ਦਇਆ ਵੱਲ ਧਿਆਨ ਦਵਾ ਕੇ, ਜੀ ਜਾਤ ਰੰਗਾਂ ਕੇ ਨਾਮ। ਹੁਣ ਸਤਿਗੁਰੂ ਕਹਿੰਦੇ ਵੀ ਜਿਹੜੀ ਵਿਭਿੰਨਤਾ ਦੀ ਗੱਲ ਹੈ, ਵੱਖ ਵੱਖ ਡਿਫਰੈਂਸਿਸ ਨੇ, ਉਹ ਤਾਂ ਉਹਦੇ ਸਿਸਟਮ ਵਿੱਚ ਹੀ ਹੈ। ਕੈਟੇਗਰੀ ਕਿੰਨੀਆਂ ਨੇ ਪਸ਼ੂ ਪੰਛੀ ਜੀਵ ਜਾਨਵਰਾਂ ਦੀਆਂ, ਉਹਨਾਂ ਦੇ ਰੰਗ ਵੱਖਰੇ ਵੱਖਰੇ ਨੇ। ਅਸਲੀ ਗੱਲ ਕੀ ਹੈ ਕਿ ਸਭਨਾ ਲਿਖਿਆ ਬੁੜੀ ਕਲਾਮ, ਇਸ ਸਿਸਟਮ ਦੇ ਵਿੱਚ ਜਿਉਂ ਕੇ ਸਾਡੇ ਅੰਦਰ ਸੁਭਾਅ ਵਿਚਾਰ ਸੋਚਾਂ ਲਿਖੀਆਂ ਜਾ ਰਹੀਆਂ ਨੇ। ਛੋਟੀ ਸੋਚ ਦਾ ਲੇਖਾ ਲਿਖਿਆ ਗਿਆ ਅਤੇ ਜ਼ਿੰਦਗੀ ਵਿੱਚ ਸਭ ਕੁਛ ਛੋਟਾ ਰਹਿ ਜਾਏਗਾ। ਤੁਸੀਂ ਆਪਾਂ ਸਮਾਜ ਵਿੱਚ ਦੇਖੀਏ, ਜਿਹਦੀ ਸੋਚ ਛੋਟੀ ਹੈ ਉਹਨੇ ਰਿਸ਼ਤੇ ਵੀ ਛੋਟੇ ਬਣਾ ਰੱਖੇ ਨੇ, ਰਿਸ਼ਤਿਆਂ ਦਾ ਸਿਸਟਮ ਵੀ ਛੋਟਾ ਜਿਹਾ ਕਰ ਲਿਆ ਉਹਨੇ, ਉਹ ਆਪਣੇ ਕਾਰੋਬਾਰ ਦਾ ਸਿਸਟਮ ਵੀ ਛੋਟਾ ਕਰ ਲਏਗਾ, ਜ਼ਿੰਦਗੀ ਵਿੱਚ ਸਭ ਕੁਛ ਸੁੰਗੜ ਗਿਆ। ਤਾਂ ਸਭਨਾਂ ਲਿਖਿਆ ਬੁੜੀ ਕਲਾਮ, ਅੰਦਰ ਸੋਚ ਵਿਚਾਰਾਂ ਦੀ ਇੱਕ ਕਲਮ ਲਿਖੀ ਜਾ ਰਹੀ ਹੈ, ਬਾਹਰ ਰੱਬ ਦੇ ਨਿਜ਼ਮ ਵੱਲ ਧਿਆਨ ਕਰ ਅਤੇ ਅੰਦਰ ਉਸ ਨਿਜ਼ਮ ਵੱਲ ਧਿਆਨ ਕਰ ਜੋ ਤੇਰੇ ਅੰਦਰ ਲਿਖੀ ਜਾ ਰਹੀ ਹੈ। ਇਹ ਲੇਖਾ ਲਿਖ ਜਾਣਾ ਹੈ ਕੋਈ, ਇਹਨੂੰ ਬੁੱਝ ਅਤੇ ਅੰਦਰ ਦੇਖ ਤੇਰੇ ਕਿਹੋ ਜਿਹਾ ਲੇਖਾ ਲਿਖਿਆ ਜਾ ਰਿਹਾ ਜੀ। ਹੁਣ ਦੇਖੋ ਜਿੰਨੇ ਵੀ ਬੁਰੇ ਕੰਮ ਨੇ, ਕਿਉਂ ਕਿਹਾ ਜਾਂਦਾ ਵੀ ਇਹ ਨਹੀਂ ਕਰਨੇ? ਕਿਉਂਕਿ ਉਹਦੇ ਅੰਦਰ ਸੁਭਾਅ ਪੱਕ ਰਿਹਾ, ਉਹਦੀ ਸੋਚ ਪੱਕ ਰਹੀ ਹੈ, ਉਸਨੂੰ ਸਮਝ ਜੋ ਤੇਰੇ ਅੰਦਰ ਲਿਖਿਆ ਜਾ ਰਿਹਾ ਅਤੇ ਉਹਦੀ ਬਜਾਏ ਤੂੰ ਚੰਗੇ ਲਿਖਣੇ ਸਿੱਖ। ਪਰਸੋਂ ਮੈਂ ਇੱਕ ਪਰਿਵਾਰ ਦੇ ਘਰ ਗਿਆ, ਸਾਡੇ ਰਜਾਇਨਾ ਗੁਰਦੁਆਰਾ ਸਾਹਿਬ ਦੇ ਸੈਕਟਰੀ ਨੇ, ਉਹਨਾਂ ਦਾ ਬੇਟਾ ਯੂਨੀਵਰਸਿਟੀ ਪੜ੍ਹ ਰਿਹਾ। ਮੈਂ ਉਸ ਨਾਲ ਇੱਕ ਦੋ ਗੱਲਾਂ ਕੀਤੀਆਂ, ਮੈਂ ਕਿਹਾ ਬੇਟੇ ਇੱਕ ਸਾਲ ਤੇਰਾ ਯੂਨੀਵਰਸਿਟੀ 'ਚ ਪੂਰਾ ਹੋ ਗਿਆ, ਬਾਕੀ ਹੁਣ ਰਹਿੰਦੇ ਨੇ, ਬਿਲਕੁਲ ਫਲ ਪੱਕਣ 'ਤੇ ਆਇਆ। ਨਾਮ ਉਹਦਾ ਚੇਤਨ ਸਿੰਘ, ਮੈਂ ਪਹਿਲਾਂ ਉਸਨੂੰ ਨਾਮ ਪੁੱਛਿਆ ਵੀ ਤੁਹਾਡਾ ਨਾਮ ਕੀ ਹੈ, ਚੇਤਨ ਪ੍ਰੀਤ ਸਿੰਘ। ਮੈਂ ਕਿਹਾ ਇਹਦੇ ਅਰਥ ਕਰ, ਉਹਨੇ ਚੇਤਨ ਦੇ ਅਰਥ ਕੀਤੇ ਕੌਨਸ਼ੀਅਸ। ਮੈਂ ਕਿਹਾ ਇਹਦੇ ਨਾਲ ਜੋੜ ਕਿ ਜੇ ਸਿੰਘ ਬਰੇਵ ਬਣਨਾ ਤਾਂ ਸੈਲਫ ਕੌਨਫੀਡੈਂਸ ਅਤੇ ਵਿਲ ਪਾਵਰ, ਠੀਕ ਹੈ, ਪ੍ਰੀਤ ਇਹਨਾਂ ਗੁਣਾਂ ਨਾਲ ਤੂੰ ਪਿਆਰ ਕਰ। ਮੈਂ ਉਹਨੂੰ ਕਿਹਾ, ਮੈਂ ਕਿਹਾ ਜੇ ਤੂੰ ਇਹ ਚੀਜ਼ ਮੇਨਟੇਨ ਕਰਨੀ ਚਾਹੁੰਦਾ ਆਪਣੇ ਅੰਦਰ ਤਾਂ ਇੱਕ ਚੀਜ਼ ਪਹਿਚਾਣੀ, ਜਿਹਨਾਂ ਨੂੰ ਕਲੋਜ਼ ਫਰੈਂਡ ਬਣਾ ਰਹੇ ਹਾਂ ਉਹ ਕਿਹੋ ਜਿਹੇ ਨੇ। ਕਲੋਜ਼ ਫਰੈਂਡ ਜੇ, ਮੈਂ ਕਿਹਾ ਉਹਦੇ ਕੋਲ ਮਾਪਿਆਂ ਦੀਆਂ ਗੱਲਾਂ ਕਰ ਲਈ, ਉਹ ਇੰਟਰਸਟ ਲੈਂਦੇ ਨੇ, ਨਹੀਂ ਲੈਂਦੇ ਤਾਂ ਉਹ ਮਾਪਿਆਂ ਨੂੰ ਇਗਨੋਰ ਕਰ ਰਹੇ ਨੇ, ਉਹ ਤੈਨੂੰ ਕੁਛ ਨਹੀਂ ਸਿਖਾ ਸਕਣ। ਠੀਕ, ਤਾਂ ਹੁਣ ਕੀ ਹੈ,
ਉਹਨੂੰ ਕਿਹਾ ਦੂਸਰੀ ਗੱਲ ਤੂੰ ਉਹਦੇ ਨਾਲ ਗੁਰੂ ਦੀ ਗੱਲ ਰੱਬ ਦੀ ਗੱਲ ਕਰਕੇ ਦੇਖੀ, ਜੋ ਨਹੀਂ ਇੰਟਰਸਟ ਲੈ ਰਹੇ ਤਾਂ ਇਹਦਾ ਮਤਲਬ ਅੰਦਰੋਂ ਉਸ ਚੀਜ਼ ਤੋਂ ਖਾਲੀ ਨੇ, ਉਹਨਾਂ ਨੂੰ ਕਲੋਜ਼ ਨਾ ਬਣਾਈ, ਤੇਰੇ 'ਤੇ ਪ੍ਰਭਾਵ ਪਾ ਦੇਣਗੇ। ਠੀਕ, ਇਹਦਾ ਮਤਲਬ ਤੂੰ ਲੇਖਾ ਲਿਖਣਾ ਸਿੱਖ ਆਪਣੇ ਅੰਦਰ, ਆਹੀ ਮਤਲਬ ਹੈ ਨਾ। ਜਦੋਂ ਆਪਾਂ ਬੇਟੇ ਨੂੰ ਕਹਿੰਦੇ ਬੇਟੇ ਜਿਹੜੇ ਮੈਰਿਟ ਲਿਸਟ ਵਿੱਚ ਆਉਂਦੇ ਨੇ, ਜਿਹੜੇ ਪੜ੍ਹਨ ਵੱਲ ਧਿਆਨ ਦਿੰਦੇ ਨੇ, ਤੂੰ ਉਹਨਾਂ ਵਰਗਾ ਬਣ ਜੀ, ਯਾਨੀ ਆਪਣੇ ਅੰਦਰ ਲੇਖਾ ਲਿਖਣਾ ਸਿੱਖ। ਤੇ ਸਭ ਤੋਂ ਸੌਖਾ ਸਿਖਾਉਣਾ ਗੁਰਬਾਣੀ ਨੇ, ਅੱਖਾਂ ਨੂੰ ਕਿਵੇਂ ਵਰਤਣਾ, ਕੰਨਾਂ ਨੂੰ ਕਿਵੇਂ ਵਰਤਣਾ, ਤੂੰ ਆਪਣੇ ਅੰਦਰ ਲੇਖਾ ਲਿਖਣਾ ਸਿੱਖ। ਇਹ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ। ਬਾਹਰ ਸਿਸਟਮ ਦੇਖੀਏ ਉਹ ਬੇਅੰਤ ਹੈ, ਅੰਦਰ ਦੇਖੀਏ ਉਹ ਬੇਅੰਤ ਹੈ ਜੀ। ਤਾਂ ਕਿ ਕਦੀ ਮਾਣ ਨਾ ਪੈਦਾ ਹੋ ਜਾਵੇ ਕਿ ਮੈਨੂੰ ਉਹ ਸਾਹਮਣੇ ਸਮਝ ਆ ਗਈ ਹੈ, ਬਾਹਰ ਦੀ ਜਾਂ ਅੰਦਰ ਦੀ ਸਮਝ ਆ ਗਈ ਹੈ, ਇਹ ਸਮਝ ਪੂਰੀ ਨਹੀਂ ਆ ਸਕਦੀ। ਕੇਤਾ ਤਾਣ ਸਵਾਲਿਓ ਰੂਪ ਜੀ, ਵਾਹਿਗੁਰੂ ਦੀ ਜੋਤ ਸਾਡੇ ਅੰਦਰ ਵੀ ਹੈ ਬਾਹਰ ਵੀ ਹੈ, ਉਹਦੀਆਂ ਸ਼ਕਤੀਆਂ ਤਾਣ ਉਹ ਬੇਅੰਤ ਨੇ, ਹੈ ਵੀ ਬੜੀਆਂ ਸੁੰਦਰ। ਦੇਖੋ ਜਦੋਂ ਗੁਣ ਬਣ ਕੇ ਮਨੁੱਖ ਨੂੰ ਸ਼ਿੰਗਾਰ ਦੇਣਾ, ਉਹਦੀ ਸੋਚ ਉੱਚੀ ਹੋ ਜਾਣੀ ਹੈ, ਉਹ ਉਹਦੀ ਸੁੰਦਰਤਾ ਬੇਅੰਤ ਹੈ। ਕੇਤੀ ਦਾਤ ਜਾਣਾ ਕੌਣ ਕੂਤ, ਉਹਦੀਆਂ ਦਾਤਾਂ ਕਿਸ ਰੂਪ 'ਚ ਮਿਲਦੀਆਂ ਨੇ, ਕਿਹੜੀ ਦਾਤ ਮਿਲਦੀ ਹੈ ਉਹ ਨਹੀਂ ਸਮਝ ਸਕਦੇ। ਕੀਤਾ ਪਸਾਓ ਏਕੋ ਕਵਾਓ, ਵਾਹਿਗੁਰੂ ਨੇ ਜੋ ਪੈਦਾ ਕੀਤਾ ਜਾਂ ਕਰਨਾ, ਬੁਰੇ ਬੰਦੇ ਦੇ ਅੰਦਰ ਚੰਗੀ ਸੋਚ ਇੱਕ ਸੈਕਿੰਡ 'ਚ ਪੈਦਾ ਕਰ ਸਕਦੇ ਨੇ ਵਾਹਿਗੁਰੂ ਜੀ, ਇੱਕ ਹੁਕਮ ਨਾਲ ਹੀ ਕਰ ਦੇਣਾ। ਅਤੇ ਜਦੋਂ ਉਹਨਾਂ ਨੇ ਇਹ ਪਸਾਰਾ ਉਹਦੇ ਅੰਦਰ ਪੈਦਾ ਕਰ ਦੇਣਾ, ਤਿਸ 'ਤੇ ਹੋਏ ਲੱਖ ਦਰਿਆ। ਬਾਹਰ ਜ਼ਿੰਦਗੀਆਂ ਲੱਖਾਂ ਚੱਲ ਰਹੀਆਂ ਨੇ, ਅੰਦਰ ਲੱਖਾਂ ਸੁਭਾਅ ਚੱਲ ਰਹੇ ਨੇ, ਇੱਕ ਦਰਿਆ ਨੇ ਚੱਲ ਰਹੇ ਨੇ। ਤਾਂ ਇਹਦਾ ਮਤਲਬ ਤੂੰ ਉਲਝ ਨਾ ਛੋਟੀਆਂ ਛੋਟੀਆਂ ਗੱਲਾਂ 'ਤੇ, ਵਾਈਡ ਪਿਕਚਰ ਦੇਖ। ਉਹ ਕਿਹੜੀ ਹੈ? ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਕੁਦਰਤ ਬਹੁਤ ਹੀ ਇਹ ਦ੍ਰਿਸ਼ ਜਿਹੜਾ ਹੈਗਾ, ਜਿਸ 'ਚ ਅਸੀਂ ਜੀ ਰਹੇ ਹਾਂ, ਇਹ ਬਹੁਤ ਹੀ ਵਿਆਪਕ ਹੈਗਾ, ਬਹੁਤ ਵੱਡਾ ਹੈਗਾ। ਇਸਨੂੰ ਕਿਵੇਂ ਸਮਝਣਾ ਅਤੇ ਇਸਨੂੰ ਕਿਵੇਂ ਆਪਣੇ ਜੀਵਨ ਵਿੱਚ, ਕਿਉਂਕਿ ਸਾਡਾ ਫੋਕਸ ਜਿਹੜਾ ਇਸ ਸੀਰੀਜ਼ ਦਾ, ਗੁਰਗਿਆਨ ਸਮੁੰਦਰ ਸੀਰੀਜ਼ ਦਾ ਭਾਈ ਸਾਹਿਬ, ਇਹੀ ਹੈ ਕਿ ਗੁਰੂ ਸਾਹਿਬ ਸਾਨੂੰ ਜੋ ਕਹਿ ਰਹੇ ਨੇ ਉਸਨੂੰ ਜਿਸ ਤਰ੍ਹਾਂ ਤੁਸੀਂ ਛੋਟੇ ਛੋਟੇ ਐਗਜ਼ਾਮਪਲਸ ਦੇ ਕੇ ਦੱਸਦੇ ਹੋ ਕਿ ਇਹਨਾਂ ਐਗਜ਼ਾਮਪਲਸ ਨੂੰ ਅਸੀਂ ਕਿਵੇਂ ਜੀਵਨ ਵਿੱਚ ਅਡੋਪਟ ਕਰਨਾ, ਰੋਜ਼ਮਰਾ ਜ਼ਿੰਦਗੀ ਦੇ ਵਿੱਚ ਜੋ ਕੁਝ ਸਾਨੂੰ ਚੈਲੰਜਸ ਆਉਂਦੇ ਨੇ ਉਸ ਸਮੇਂ ਕਿਵੇਂ ਅਸੀਂ ਗੁਰੂ ਦਾ ਸਹਾਰਾ ਲੈ ਕੇ ਆਪਣੇ ਜੀਵਨ ਵਿੱਚ ਪਰਿਵਰਤਨ ਲਿਆਉਣਾ। ਇਸ ਲਈ ਤੁਹਾਡਾ ਧੰਨਵਾਦ ਇੱਥੇ ਆ ਕੇ ਸਾਂਝ ਪਾਇਆ ਕਰਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਸ ਨਾਲ ਹੀ ਕਰਦੇ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਤੁਹਾਡੇ ਕੋਲ ਵੀ ਜੇਕਰ ਕੋਈ ਸਵਾਲ ਹੋਏ ਤਾਂ ਸਾਡੇ ਤੱਕ ਜ਼ਰੂਰ ਪਹੁੰਚ ਕਰਨਾ, 604-603-7575। ਅਤੇ ਭਾਈ ਸਾਹਿਬ ਅੱਜ ਕੱਲ੍ਹ ਰਜਾਇਨਾ ਗੁਰਦੁਆਰੇ ਵਿੱਚ ਹੁੰਦੇ ਨੇ, ਸੋ ਰਜਾਇਨਾ ਦੀ ਜਿਹੜੀ ਸੰਗਤਾਂ ਨੇ ਜਾਂ ਸੈਸਕਟ ਹੁੰਦੀਆਂ, ਈਵਨ ਐਡਮਿੰਟਨ ਤੋਂ ਵੀ, ਉਹ ਵੀ ਹੁਣ ਜਾ ਕੇ ਭਾਈ ਸਾਹਿਬ ਨਾਲ ਉੱਥੇ ਸਾਂਝ ਪਾਇਆ ਕਰਦੀਆਂ ਨੇ। ਸੋ ਤੁਹਾਡੇ ਕੋਲ ਕੋਈ ਸਵਾਲ ਹੋਏ ਜਾਂ ਤੁਹਾਡੇ ਕੋਲ ਕੋਈ ਵੀ ਇਨਫੋਰਮੇਸ਼ਨ ਹੋਏ ਜਿਹੜੀ ਤੁਸੀਂ ਸ਼ੇਅਰ ਕਰਨਾ ਚਾਹੋ ਤਾਂ ਜ਼ਰੂਰ ਪਹੁੰਚ ਕਰਨਾ, ਤਾਂ ਕਿ ਅਸੀਂ ਉਸਦਾ ਲਾਭ ਲੈ ਸਕੀਏ ਇਹਨਾਂ ਦੀ ਵਿਜ਼ਡਮ ਤੋਂ। ਪ੍ਰੋਗਰਾਮ ਦੀ ਕਰਦਾ ਇੱਥੇ ਹੀ ਸਮਾਪਤੀ। ਧੰਨਵਾਦ ਉਹਨਾਂ ਸਪੋਂਸਰ ਅਤੇ ਐਡਵਰਟਾਈਜ਼ਰਸ ਦਾ ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮਸ ਤੁਹਾਡੇ ਤੱਕ ਪਹੁੰਚਦੇ ਨੇ। ਸਾਨੂੰ ਬੜਾ ਮਾਣ ਹੈ ਕਿ ਤੁਹਾਡੇ ਸਹਿਯੋਗ ਨਾਲ ਪਿਛਲੇ 7 ਸਾਲਾਂ ਤੋਂ ਹਰ ਰੋਜ਼ ਤੁਹਾਡੇ ਘਰਾਂ ਵਿੱਚ ਆ ਕੇ ਅਸੀਂ ਗੁਰਬਾਣੀ ਅਤੇ ਹੋਰ ਸਪਿਰਚੁਐਲਿਟੀ ਦੇ ਉੱਤੇ ਗੱਲਾਂ ਬਾਤਾਂ ਕਰਦੇ ਹਾਂ। ਅਤੇ ਇਸ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਸਪੋਰਟ ਕਰਦੇ ਹੋ ਸਾਡੇ ਸਪੋਂਸਰ ਅਤੇ ਐਡਵਰਟਾਈਜ਼ਰਸ ਨੂੰ, ਪਰ ਇਸ ਪ੍ਰੋਗਰਾਮ ਨੂੰ ਨਿਰੰਤਰ ਅੱਗੇ ਚਲਾਉਣ ਵਾਸਤੇ ਤੁਹਾਡੇ ਸਹਿਯੋਗ ਦੀ ਵੀ ਲੋੜ ਹੈ। ਅਸੀਂ ਸਮਾਂ ਖਰੀਦਦੇ ਹਾਂ ਜੋਏ ਟੀਵੀ ਤੋਂ, ਉਸ ਤੋਂ ਬਾਅਦ ਤੁਹਾਡੇ ਤੱਕ ਪਹੁੰਚ ਕਰਦੇ ਹਾਂ। ਸੋ ਜੇਕਰ ਸਪੋਰਟ ਕਰ ਸਕੋ ਤਾਂ ਜ਼ਰੂਰ ਪਹੁੰਚ ਕਰਨਾ। ਇੱਥੇ ਹੀ ਕਰਦਾ ਪ੍ਰੋਗਰਾਮ ਦੀ ਸਮਾਪਤੀ, ਫਿਰ ਮੁਲਾਕਾਤ ਕਰਾਂਗੇ। ਤਦ ਤੱਕ ਗੁੱਡ ਬਾਏ।